ਸਤਿ ਸ਼੍ਰੀ ਅਕਾਲ ਮੇਰਾ ਨਾਮ ਵਿਪੁਲ ਉਜਵਲ ਹੈ ਅਤੇ ਮੈਂ ਕੋਵਿਡ ਨਿਯੰਤਰਣ ਲਈ ਸਥਾਪਿਤ ਸਟੇਟ ਕੰਟਰੋਲ ਰੂਮ ਦਾ ਮੈਂਬਰ ਹਾਂ ਅੱਜ ਰਾਜ ਵਿੱਚ ਕੋਵਿਡ ਸਥਿਤੀ ਨੂੰ ਪ੍ਰਬੰਧਿਤ ਅਤੇ ਨਿਯੰਤਰਣ ਕਰਨ ਲਈ ਜਾਣਕਾਰੀ ਦੇਣ ਦਾ 13ਵਾਂ ਦਿਨ ਹੈ ਅੱਜ ਤੱਕ ਕੋਰੋਨਾ ਵਾਇਰਸ ਨੇ 10,51,635 ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ ਅਤੇ ਵਿਸ਼ਵ ਭਰ ਵਿੱਚ 50,985 ਮੌਤਾਂ ਹੋਈਆਂ ਹਨ ਭਾਰਤ ਦੇ ਮਾਮਲੇ ਵਿੱਚ 2650 ਲੋਕ ਸੰਕ੍ਰਮਿਤ ਹੋਏ ਹਨ ਜਿਨ੍ਹਾਂ ਵਿੱਚੋਂ 68 ਮੌਤਾਂ ਹੋਈਆਂ ਹਨ ਕੋਰੋਨਾ ਵਾਇਰਸ ਦੀ ਮੌਜੂਦਾ ਸੰਕਟਕਾਲੀਨ ਸਥਿਤੀ ਨੂੰ ਵਾਚਦੇ ਹੋਏ ਪੰਜਾਬ ਉਦਯੋਗ ਵਿਭਾਗ ਵੱਲੋਂ ਵੱਖ ਵੱਖ ਸਨਅਤੀ ਇਕਾਈਆਂ ਨਾਲ ਮਿਲ ਕੇ ਘੱਟੋ ਘੱਟ ਕੀਮਤ ਵਾਲੇ ਵੈਂਟੀਲੇਟਰਾਂ ਦੇ ਨਿਰਮਾਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਹੁਣ ਤੱਕ ਅਜਿਹੀਆਂ 4 ਇਕਾਈਆਂ ਦੀ ਸ਼ਨਾਖਤ ਹੋ ਚੁੱਕੀ ਹਨ ਅਤੇ ਉਹਨਾਂ ਦੇ ਦੁਆਰਾ ਜਮ੍ਹਾਂ ਕੀਤੇ ਗਏ ਵੈਂਟੀਲੇਟਰਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਮੌਜੂਦਾ ਕਰਫਿਊ ਦੀ ਸਥਿਤੀ ਵਿੱਚ ਲੋਕਾਂ ਵੱਲੋਂ ਜ਼ਰੂਰੀ ਵਸਤੂਆਂ ਦੀ ਸਪਲਾਈ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਜਿਹਦੇ ਬਾਰੇ ਸਰਕਾਰ ਭਲੀਭਾਂਤੀ ਜਾਣੂ ਹੈ ਇੱਥੇ ਅਸੀਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਪੰਜਾਬ ਸੂਬੇ ਵਿੱਚ ਲੋਡਿੰਗ ਦੀਆਂ ਵਸਤੂਆਂ ਦੀ ਕਾਫੀ ਸਪਲਾਈ ਉਪਲਬਧ ਹੈ ਅਤੇ ਨਾਗਰਿਕਾਂ ਲਈ ਸਰਕਾਰ ਨੇ ਜ਼ਰੂਰੀ ਵਸਤੂਆਂ ਦੀ ਦੁਕਾਨਾਂ ਨੂੰ ਘਰੋਂ ਘਰ ਜਾ ਕੇ ਸਪਲਾਈ ਕਰਨ ਦੀ ਆਗਿਆ ਦੇ ਦਿੱਤੀ ਹੈ ਹੋਮ ਡਿਲੀਵਰੀ ਨੂੰ ਸੁਖਾਲਾ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਿਨ ਰਾਤ ਮੁਸਤੈਦੀ ਨਾਲ ਕਾਰਜ ਕਰ ਰਿਹਾ ਹੈ ਅਤੇ ਇਹ ਦਿਸ਼ਾ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਮੋਬਾਈਲ ਐਪ ਕੋਵਾ COVA ਕੋਵਾ ਐਪ ਤਿਆਰ ਕੀਤੀ ਗਈ ਹੈ ਜਿਸ ਨੂੰ ਆਪ ਜੀ ਗੂਗਲ ਪਲੇ ਸਟੋਰ ਜਾਂ iOS ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਇਸ ਐਪ ਰਾਹੀਂ ਸਥਾਨਕ ਦੁਕਾਨਦਾਰਾਂ ਤੋਂ ਜ਼ਰੂਰ ਵਸਤੂਆਂ ਦੀ ਘਰੋਂ ਘਰ ਹੋਮ ਡਿਲੀਵਰੀ ਦੇ ਲਈ ਤੁਸੀਂ ਆਰਡਰ ਦੇ ਸਕਦੇ ਹੋ ਰਾਜ ਵਿੱਚ ਜ਼ਰੂਰੀ ਵਸਤੂਆਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਜੀ ਨੇ ਆਦੇਸ਼ਾਂ ਹੇਠ ਕੱਲ੍ਹ ਤੋਂ ਟਰਾਂਸਪੋਰਟ ਵਿਭਾਗ ਦੇ ਹਰ 77 RTI ਵਿਖੇ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਜਾ ਰਿਹਾ ਹੈ ਇਹ ਸਾਰੇ ਕੰਟਰੋਲ ਰੂਮ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਅੰਡਰ ਕੰਮ ਕਰ ਰਹੇ ਸਟੇਟ ਪੱਧਰੀ ਕੰਟਰੋਲ ਰੂਮ ਦੇ ਨਾਲ ਮਿਲ ਕੇ ਕੰਮ ਕਰਨਗੇ ਇਹਨਾਂ ਕੰਟਰੋਲ ਰੂਮਾਂ ਰਾਹੀਂ ਰਾਜ ਵਿੱਚ ਜ਼ਰੂਰੀ ਵਸਤੂਆਂ ਸਪਲਾਈ ਦੇ ਕਰ ਰਹੇ ਟਰੱਕਾਂ ਦੀ ਨਿਰਵਿਘਨ ਆਵਾਜਾਈ ਨੂੰ ਸੰਚਾਲਿਤ ਕੀਤਾ ਜਾਵੇਗਾ ਅਤੇ ਇਹ ਟਰੱਕ ਰਾਜ ਵਿੱਚ ਕਿਧਰੇ ਵੀ ਆ ਜਾ ਸਕਣਗੇ ਇਸ ਤੋਂ ਇਲਾਵਾ ਇਹ ਕੰਟਰੋਲ ਰੂਮ ਪੰਜਾਬ ਦੇ ਟਰੱਕਾਂ ਨੂੰ ਦੂਜੇ ਰਾਜਾਂ ਵਿੱਚ ਆਉਣ ਵਾਲੀ ਔਂਕੜਾਂ ਨੂੰ ਵੀ ਦੂਰ ਕਰਨ 'ਚ ਮਦਦ ਕਰਨਗੇ ਇਸ ਦੇ ਨਾਲ ਹੀ ਜੇ ਰਾਜ ਦੇ ਵਪਾਰੀ ਅਤੇ ਉਤਪਾਦਕਾਂ ਨੂੰ ਟਰੱਕਾਂ ਦੇ ਮਿਲਣ ਵਿੱਚ ਕੋਈ ਵੀ ਔਂਕੜ ਪੇਸ਼ ਆਉਂਦੀ ਹੈ ਤਾਂ ਉਹ ਵੀ ਕੰਟਰੋਲ ਰੂਮ ਨਾਲ ਸੰਪਰਕ ਕਰ ਸਕਦੇ ਹੈ ਕੰਟਰੋਲ ਰੂਮ ਉਹਨਾਂ ਦੀ ਵੀ ਇਸ ਚੀਜ਼ 'ਚ ਮਦਦ ਕਰੂਗਾ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਵੱਲੋਂ ਉਹਨਾਂ ਹੋਸਪਿਟਲਸ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ ਜੋ ਇਸ ਔਖੀ ਘੜੀ ਵਿੱਚ ਆਪਣੇ ਹੋਸਪਿਟਲ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਤੋਂ ਇਨਕਾਰ ਕਰ ਰਹੇ ਹਨ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਬਿਮਾਰੀ ਵਿਰੁੱਧ ਨਿਗਰਾਨੀ ਅਤੇ ਨਿਯੰਤਰਣ ਦੇ ਉਪਾਅਾਂ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਇਸ ਸੰਬੰਧ ਵਿੱਚ ਰਾਜ ਨੇ ਜਾਂਚ ਦੇ 1824 ਨਮੂਨੇ ਭੇਜੇ ਹਨ ਜਿਨ੍ਹਾਂ ਵਿੱਚੋਂ 1520 ਨਕਾਰਾਤਮਕ ਟੈਸਟ ਪਾਏ ਗਏ ਹਨ ਹਾਲ ਤੱਕ ਕੁੱਲ 65 ਨਮੂਨੇ ਸਕਾਰਾਤਮਕ ਪਾਏ ਗਏ ਹਨ ਇਹ ਅੰਕੜਾ ਕੱਲ੍ਹ ਦੇ ਲਈ 53 ਸੀ ਬਦਕਿਸਮਤੀ ਨਾਲ ਅੱਜ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰੰਤੂ ਹੁਣ ਤੱਕ ਇਸ ਬਿਮਾਰੀ ਤੋਂ 3 ਲੋਕਾਂ ਨੂੰ ਮੁਕਤੀ ਮਿਲ ਚੁੱਕੀ ਹੈ ਉਹਨਾਂ ਦਾ ਇਲਾਜ ਬਿਲਕੁਲ ਠੀਕ ਤਰੀਕੇ ਨਾਲ ਹੋ ਚੁੱਕਿਆ ਹੈ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਕੋਵਿਡ ਰਾਹਤ ਫੰਡ ਦੀ ਸਥਾਪਨਾ ਕੀਤੀ ਗਈ ਹੈ ਖਾਸ ਕਰ ਉਹਨਾਂ ਲੋਕਾਂ ਲਈ ਜਿਹੜੇ ਲੋੜਵੰਦ ਅਤੇ ਗਰੀਬ ਹਨ ਆਪ ਜੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਫੰਡ ਵਿੱਚ ਖੁਲਦਲੀ ਨਾਲ ਆਪਣਾ ਯੋਗਦਾਨ ਪਾਓ ਇਹ ਯੋਗਦਾਨ ਤੁਸੀਂ ਸਾਡੀ ਵੈਬਸਾਈਟ cmrf.punjab.gov.in ਤੇ ਜਾ ਕੇ ਕਰ ਸਕਦੇ ਹੋ ਪੰਜਾਬ ਸਰਕਾਰ ਤੁਹਾਨੂੰ ਭਰੋਸਾ ਦਿਵਾਉਂਦੀ ਹੈ ਕਿ ਕੋਵਿਡ ਦੀ ਨਿਗਰਾਨੀ ਅਤੇ ਨਿਯੰਤਰਣ ਲਈ ਬੁਨਿਆਦੀ ਢਾਂਚਾ ਜਿਹੜਾ ਸਰਕਾਰ ਵੱਲੋਂ ਸਥਾਪਿਤ ਕੀਤਾ ਗਿਆ ਹੈ ਉਹ ਬਿਲਕੁਲ ਸੁਚਾਰੂ ਰੂਪ ਨਾਲ ਕੰਮ ਕਰ ਰਿਹਾ ਹੈ ਅਤੇ ਸਾਰੇ ਜਿਹੜੇ ਇੰਜ਼ਾਮ ਹੈ ਉਹ ਭਲੀ ਭਾਂਤੀ ਚੱਲ ਰਹੇ ਹਨ ਅੰਤ ਵਿੱਚ ਮੈਂ ਤੁਹਾਡੇ ਸਾਰਿਆਂ ਦਾ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਸਹਿਯੋਗ ਲਈ ਦਿਲ ਤੋਂ ਧੰਨਵਾਦ ਕਰਦਾ ਹਾਂ ਧੰਨਵਾਦ